ਕੋਈ ਕਤਲ ਕਰ ਦੇਵੇ, ਆਇਨ ਤੋੜ ਦੇਵੇ, ਤਬਾਹੀ ਫੇਰ ਦੇਵੇ। ਚੀਫ ਜਸਟਿਸ ਜਦਾ ਚਾਹਸੇ ਤਾਂ ਕੋ ਕੁਝ ਕਹਿਣਾ ਆਖਿਆ ਵੇ ਸੀ। ਕਿਹੜੇ ਗਿਆ ਆਇਨ ਓ ਕਾਨੂੰਨ, ਕਿਹੜੇ ਗਿਆ ਆਰਟੀਕਲ 6, ਕਿਹੜੇ ਗਏ ਮੁਕਦਮਾਤ? ਪਰਵੇਜ਼ ਮੁਸ਼ਰਫ ਬਾਰੇ ਸੁਪਰੀਮ ਕੋਰਟ ਦੇ ਹੁਕਮ ਦੇ ਨਵਾਜ਼ ਸ਼ਰੀਫ ਫਟ ਪਏ। ਕਿਹੜੇ ਆਇਨ ਦੇ ਤਹਿਤ ਮੁਸ਼ਰਫ ਨੂੰ ਇਜਾਜ਼ਤ ਦਿੱਤੀ? ਸ਼ੇਖ ਅਸਾਕ ਨੂੰ ਵੀ ਪੜ੍ਹਾ ਦੇਵੋ? ਹੈਰਾਨ ਆ ਚੀਫ ਜਸਟਿਸ, ਇਹ ਜਾ ਹੁਕਮ ਕਿਵੇਂ ਦਿੱਤਾ? ਸਭ ਕੁਝ ਕਾਨੂੰਨ ਤੋਂ ਬਾਲਾ ਤਰ ਥੀਨਾ ਪਏ। ਏਹਤਸਾਬ ਅਦਾਲਤ ਵਿੱਚ ਗਾਲ ਮੁਹਾਰ। ਸਿੰਧੀ ਨਿਗਰਾਂ ਕਾਬੀਨਾ ਵੀ ਲਾਈਨ ਆ ਪਰ ਕਾਨ ਹਲਫ ਚਾਗਦਾ। ਡਾਕਟਰ ਜੁਨੇਦ ਸ਼ਾਹ, ਡਾਕਟਰ ਸਾਦੀਆ ਰਿਜ਼ਵੀ, ਮੁਸ਼ਤਾਕ ਸ਼ਾਹ, ਜਮੀਲ ਯੂਸਫ, ਕਰਨਲ ਰਿਟਾਇਰਡ ਦੋਸਤ ਮੁਹੰਮਦ ਖੈਰ ਮੁਹੰਮਦ ਜੁਨੇਜੋ ਤੇ ਸਾਇਮਨ ਜਾਨ ਸ਼ਾਮਿਲ। ਨਿਗਰਾਂ ਵਜ਼ੀਰ ਆਲਾ ਕਾਬੀਨਾ ਨਾਲ ਮਜ਼ਾਰੇ ਖੈਰ ਤੇ ਹਾਜ਼ਰੀ ਦਿੱਤੀ। ਸੀਨੀਅਰ ਸਿਆਸਤਦਾਨ ਤੇ ਬਾਨੀ ਅਵਾਮੀ ਤਹਿਰੀਕ ਰਸੂਲ ਬਖਸ਼ ਪੁਲੇਜੋ ਦਾ ਸਫਰੇ ਆਖਰਤ। ਅਬਾਈ ਕਬਰਿਸਤਾਨ ਮੰਗਰ ਖਾਨ ਪੁਲੇਜੋ ਵਿੱਚ ਤਦਫੀਨ। ਨਮਾਜ਼ ਜਨਾਜ਼ਾ ਮਕਾਮੀ ਸਿਆਸੀ ਰਹਿਨਮਾਵਾਂ ਸਮੇਤ ਸ਼ਹਿਰੀਆਂ ਦੀ ਵੱਡੀ ਤਾਦਾਦ ਸ਼ਿਰਕਤ।